ਕਸਬਾ ਭਰਤਗੜ੍ਹ ਦੇ ਨੇੜੇ ਸਰਸਾ ਨੰਗਲ ਵਿਖੇ ਖੈਰ ਦੀ ਲੱਕੜ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜ਼ਮੀਨ ਮਾਲਕ ਅਜਮੇਰ ਸਿੰਘ ਵੱਲੋਂ ਜੰਗਲਾਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸ਼ਿਕਾਇਤ ਤੋਂ ਬਾਅਦ ਦੂਜੀ ਵਾਰ ਹੋਰ ਨੌਂ ਖੈਰ ਦੇ ਦਰਖਤ ਚੋਰੀ ਹੋ ਗਏ। ਸਰ, ਇਹ ਸਾਡੀ ਜ਼ਮੀਨ ਹੈ ਜੀ, ਪਿੱਛੇ ਵੀ ਨੌਂ ਖੈਰ ਕੱਟੋ, ਬੂਟੇ ਨੌਂ ਹੁਣ ਕੱਟ ਹੋ ਗਏ। ਜਦੋਂ ਅਸੀਂ ਜੰਗਲਾਤ ਵਿਭਾਗ ਨੂੰ ਰਿਪੋਰਟ ਕਰੀ ਹੈ, ਸਾਡੀ ਕੋਈ ਕਾਰਵਾਈ ਨਹੀਂ ਹੋਈ। ਜੰਗਲਾਤ ਵਿਭਾਗ ਦਾ ਰਜਿਸਟਰ ਕਹਿੰਦਾ ਵੀ ਜੰਗਲਾਤ ਵਿਭਾਗ ਉਹਨੂੰ ਦਿੱਤਾ ਪੁਲਿਸ ਨੂੰ ਜੀ, ਪੁਲਿਸ ਵਿਭਾਗ ਨੇ ਕੋਈ ਕਾਰਵਾਈ ਨਹੀਂ ਕਰੀ, ਜਦਕਿ ਸ਼ਹਿਰਾਂ ਬੰਦੇ ਨਾਂ ਲਿਖ ਕੇ ਵੀ ਫਲਾਣਾ ਬੰਦਾ ਚੋਰ ਹੋ ਗਿਆ। ਜੋਧਾ ਸਿੰਘ ਸਾਨੂੰ ਲਿਖਿਆ ਜੰਗਲਾਤ ਵਿਭਾਗ ਨੇ ਫੜੇ ਦੇ, ਉਹ ਨਾ ਗਾਰਡ ਸੁਣਦਾ ਨਾ ਫਿਰ ਸੁਣਦੇ ਸਾਡੀ। ਇਹਨਾਂ ਨੂੰ ਪਤਾ ਜੰਗਲਾਤ ਵਿਭਾਗ ਨੇ ਫੜੇ ਦੀ ਬੰਦਾ ਨੂੰ ਕੋਈ ਨਹੀਂ ਪਤਾ ਜੀ, ਸਾਨੂੰ ਕੋਈ ਪਤਾ ਇਹਨਾਂ ਫੜੇ ਦਾ, ਇਹਨਾਂ ਜੰਗਲਾਤ ਨੂੰ ਪਤਾ ਪੁਲਿਸ ਨੂੰ ਰਿਪੋਰਟ ਦਿੱਤੀ ਵੀ ਆਹ ਬੰਦਾ ਜੋਸ਼ੀ ਹੈ ਜੀ। ਠੀਕ ਹੈ, ਇਹਨੇ ਕੋਈ ਕਾਰਵਾਈ ਨਹੀਂ ਜੀ ਕਰੀ। 7 ਮਹੀਨੇ ਹੋ ਗਏ ਪਹਿਲਾਂ ਕੱਟਿਆ, ਹੁਣ ਫਿਰ ਕੱਟੋਗੇ ਨੌ, ਸਾਡਾ 2-4 ਲੱਖ ਦਾ ਨੁਕਸਾਨ ਹੋ ਗਿਆ ਜੀ ਦੇਖੋ ਸਾਹਮਣੇ। ਜ਼ਮੀਨ ਮਾਲਕਾਂ ਨੇ ਫੋਰੈਸਟ ਗਾਰਡ ਤੇ ਦੋਸ਼ ਲਗਾਇਆ ਕਿ ਇਹ ਸਭ ਉਹਨਾਂ ਦੀ ਮਿਲੀ ਭੁਗਤ ਕਾਰਨ ਹੋ ਰਿਹਾ। ਚੋਰਾਂ ਵੱਲੋਂ ਸ਼ਰੇਆਮ ਖੈਰ ਦੇ ਦਰਖਤ ਕੱਟੇ ਜਾ ਰਹੇ ਨੇ। ਜਦੋਂ ਇਸ ਸੰਬੰਧੀ ਵਿਭਾਗ ਦੇ ਗਾਰਡ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਚੋਰੀ ਕਰਨ ਵਾਲੇ ਰਾਤ ਪਤਾ ਨਹੀਂ ਕਿਹੜੇ ਵਕਤ ਇਸ ਚੋਰੀ ਨੂੰ ਅੰਜਾਮ ਦਿੰਦੇ ਨੇ। ਜਦੋਂ ਵੀ ਕੋਈ ਚੋਰ ਚੋਰੀ ਕਰਦਾ ਫੜਿਆ ਗਿਆ ਤਾਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਸਪੋਕਸਮੈਨ ਟੀਵੀ ਦੇ ਲਈ ਰੋਪੜ ਤੋਂ ਸ਼ਮਸ਼ੇਰ ਪੱਕਾ ਦੀ ਰਿਪੋਰਟ।